ਵੇ ਕੰਮ ਦਾ ਇਹ ਨਹੀਂ, ਸਾਰੇ ਕੰਮ ਦੇ ਸ਼ਾਰਟ। ਹੈਲੋ ਦੋਸਤੋ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦਾ ਨਵਾਂ ਬਲੌਗ ਘੋੜੇ ਰੁਸਤਮ ਬਾਰੇ, ਜੋ ਕਿ ਪਿੰਡ ਮਾਲਾ ਗਲਾਂ ਯਾਦਮਾਨ ਅਤੇ ਜਗਮੀਤ ਮਾਨ ਉਹਨਾਂ ਦੇ ਫਾਰਮ 'ਤੇ ਆਇਆ। ਘੋੜੇ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਸੀ ਕਿ ਮੈਂ ਕੋਈ ਪ੍ਰੋਫੈਸ਼ਨਲ ਵੀਡੀਓਗ੍ਰਾਫਰ ਤਾਂ ਨਹੀਂ, ਨਾ ਹੀ ਇਹ ਕੋਈ ਪੇਡ ਪ੍ਰਮੋਸ਼ਨ ਹੈ। ਮੇਰੀ ਅਤੇ ਯਾਦ ਦੀ ਦੋਸਤੀ ਘੋੜੇ ਰੱਖਣ ਤੋਂ ਪਹਿਲਾਂ ਦੀ, ਇੱਕ ਦੂਜੇ ਨੂੰ ਅਸੀਂ ਬਹੁਤ ਪੁਰਾਣੇ ਜਾਣਦੇ ਹਾਂ ਅਤੇ ਯਾਦ ਉਹਨਾਂ ਨੇ ਘੋੜਾ ਲਿਆਂਦਾ ਸੀ ਜਨਵਰੀ ਦੇ ਵਿੱਚ, ਅਤੇ ਮੈਂ ਕੁਛ ਆਪਦੇ ਪਰਸਨਲ ਰੁਝੇਵਿਆਂ ਕਰਕੇ ਫਾਰਮ ਕਿਸੇ 'ਤੇ ਵੀ ਵਿਜ਼ਿਟ ਨਹੀਂ ਕਰ ਪਾਇਆ। ਅਤੇ ਯਾਦ ਨਾਲ ਅੱਜ ਮੇਰੀ ਗੱਲ ਹੋਈ ਅਤੇ ਮੈਂ ਫਾਰਮ 'ਤੇ ਗਿਆ, 2-3 ਘੰਟੇ ਅਸੀਂ ਸਪੈਂਡ ਕੀਤੇ, ਘੋੜੀਆਂ ਦੇ ਵਿੱਚ ਘੋੜੀਆਂ ਦੀਆਂ ਗੱਲਾਂ ਕੀਤੀਆਂ, ਚਰਚਾ ਕੀਤੀ। ਅਤੇ ਜਦੋਂ ਮੈਂ ਇਹਨਾਂ ਨੂੰ ਘੋੜਾ ਕੱਢ ਕੇ ਵਿਖਾਇਆ ਯਾਦ ਉਹਨਾਂ ਨੇ ਮੈਨੂੰ, ਅਤੇ ਮੈਥੋਂ ਰਿਹਾ ਨਹੀਂ ਗਿਆ, ਜਿਵੇਂ ਕਿ ਮੈਂ ਤੁਹਾਨੂੰ ਵੈਸੇ ਵੀ ਕੋਈ ਨਾ ਕੋਈ ਇਨਫੋਰਮੇਟਿਵ ਵੀਡੀਓਜ਼ ਬਣਾ ਕੇ ਪਾਉਂਦਾ ਰਹਿੰਦਾ। ਅਤੇ 2-4 ਮੈਂ ਕਿਹਾ ਚੱਲ ਘੋੜੇ ਦੇ ਵੀ ਸ਼ੋਟ ਲੈ ਕੇ ਤੁਹਾਡੇ ਰੂਬਰੂ ਕੀਤੇ ਜਾਣ, ਵੀ ਇੰਨਾ ਖੂਬਸੂਰਤ ਘੋੜਾ ਅਤੇ ਕਾਫੀ ਹਾਈ ਅਮਾਊਂਟ ਦੇ ਵਿੱਚ ਇਹ ਘੋੜਾ ਪੰਜਾਬ 'ਚ ਆਇਆ। ਬਰੀਡ ਵੀ ਪੰਜਾਬ 'ਚ ਹੋਇਆ ਸੀ, ਫਿਰ ਇਹ MP ਚਲਾ ਗਿਆ, ਉੱਥੇ ਕਾਫੀ ਸ਼ੋਅਜ਼ ਜਿੱਤਿਆ, ਉਸ ਤੋਂ ਬਾਅਦ ਇਹ ਪੰਜਾਬ 'ਚ ਵਾਪਸ ਯਾਦ ਹੁਣੀ ਲੈ ਕੇ ਆਏ ਆ ਇਹਨੂੰ। ਅਤੇ ਬਹੁਤ ਹੀ ਦਰਸ਼ਨੀ ਘੋੜਾ ਹੈ। ਘੋੜਾ ਵੀਡੀਓ ਦੇ ਵਿੱਚ ਤਾਂ ਸ਼ਾਇਦ ਮੈਂ ਉਨਾ ਚੰਗਾ ਇਹਨੂੰ ਨਾ ਫਿਲਮਾ ਪਾਇਆ ਹੋਵਾਂ ਜਿੰਨਾ ਚੰਗਾ ਇਹ ਘੋੜਾ ਖੁਦ ਹੈ। ਉਹ ਤੁਸੀਂ ਆਪ ਜਾਓਗੇ, ਇਸਨੂੰ ਅੱਖੀਂ ਵੇਖੋਗੇ ਅਤੇ ਗੱਲ ਹੋਰ ਹੈ। ਬਾਕੀ ਆਪਾਂ ਯਾਦ ਨਾਲ ਇਸ ਵੀਡੀਓ ਦੇ ਵਿੱਚ ਬਾਕੀ ਗੱਲਾਂ ਕਰਦੇ ਹਾਂ। ਲਓ ਵੀ ਦੋਸਤੋ, ਅੱਜ ਅਸੀਂ ਆਏ ਸੀ ਮਾਲਾ ਫਾਰਮ ਯਾਦਮਾਨ ਕੋਲ, ਜੋ ਕਿ ਸਾਡਾ ਬਹੁਤ ਹੀ ਪੁਰਾਣਾ ਮਿੱਤਰ ਹੈ ਘੋੜੀਆਂ ਰੱਖਣ ਤੋਂ ਵੀ ਪਹਿਲਾਂ ਦਾ। ਅਤੇ ਅੱਜ ਇਹਨੇ ਯਾਦਮਾਨ ਤੋਂ ਗੱਲ ਕਰਦੇ ਹਾਂ, ਯਾਦਮਾਨ ਦੇ ਨਵੇਂ ਲਿਆਂਦੇ ਘੋੜੇ ਰੁਸਤਮ ਬਾਰੇ। ਯਾਦ ਜੀ, ਸਾਡੇ ਇਸ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਭਰਾ, ਮੇਰੇ ਵੈਲਕਮ। ਅਤੇ ਯਾਦ, ਪਹਿਲਾਂ ਤਾਂ ਇਹ ਦੱਸੋ ਵੀ ਤੁਹਾਨੂੰ ਇਹ ਘੋੜਾ ਲਿਆਉਂਦੇ ਨੂੰ ਕਿੰਨਾ ਕੁ ਸਮਾਂ ਹੋ ਗਿਆ? ਇਹ ਆਪਾਂ ਮਾਘੀ 'ਤੇ ਲਿਆ ਵੀਰੇ, ਮੁਕਤਸਰੋਂ। ਠੀਕ ਆ ਜੀ, ਮੈਂ ਸੁਣਿਆ ਬਹੁਤ ਚੰਗੀ ਕੀਮਤ ਦੇ ਉੱਤੇ ਤੁਸੀਂ ਘੋੜਾ ਖਰੀਦਿਆ, ਅਤੇ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕ, ਅਤੇ ਘੋੜਾ ਵੀ ਬਹੁਤ ਸ਼ਾਨਦਾਰ ਹੈ। ਤੁਹਾਨੂੰ ਵੀ ਬਹੁਤ ਮੁਬਾਰਕ। ਅਤੇ ਇਸ ਘੋੜੇ ਦੀ ਲਾਈਨ ਬਾਰੇ ਅਤੇ ਘੋੜੇ ਦੀ ਹਾਈਟ ਬਾਰੇ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਚਾਨਣਾ ਪਾਓ। ਇਹ ਘੋੜਾ ਪਹਿਲਾਂ ਮੰਨ ਲਓ ਮੈਂ ਦੱਸਾਂ, ਇਹਦਾ ਨਾਨਾ ਜਿਹੜਾ ਉਹ ਵੀ ਆਪਣੇ ਜਦੋਂ ਸ਼ੋਅ ਹੁੰਦੇ ਸੀ ਚੜੈਕ ਸਰਕਾਰੀ ਸ਼ੋਅ ਅਤੇ ਮੁਕਤਸਰ ਸਰਕਾਰੀ ਸ਼ੋਅ, ਉੱਥੋਂ ਫਸਟ ਆਉਂਦਾ ਰਿਹਾ। ਠੀਕ ਹੈ। ਉਹ ਘੋੜੇ ਦੀਆਂ ਅੱਖਾਂ ਸੀ ਬਲਿਊ ਜੀ, ਤੇ ਉਹ ਘੋੜਾ ਸੀਗਾ ਆਪਣੇ ਕਾਲੇ ਕੇ ਹਰਵਿੰਦਰ ਕੋਲੇ। ਠੀਕ ਹੈ ਜੀ। ਠੀਕ ਆ। ਇਹਦੀ ਮਾਂ ਹੈਗੀ ਹੈ ਵੀਰੇ ਸਾਲੀ ਵਾਲੀ ਲੈਣ ਦੀ, ਅਤੇ ਇਹਦਾ ਪਿਓ ਹੈਗਾ ਲਾਰਾ। ਠੀਕ ਹੈ ਜੀ। ਅਤੇ ਇਸ ਘੋੜੇ ਦੀ ਹਾਈਟ ਕਿੰਨੀ ਹੈ ਇਸ ਟਾਈਮ? ਇਹਦੀ ਹਾਈਟ ਹੈਗੀ ਹੈ 70 ਦੇ ਕਰੀਬ। ਅਤੇ ਉਮਰ ਕੀ ਕਰ ਗਿਆ ਜੀ? ਉਮਰ ਇਹਨੇ 2 ਮਹੀਨੇ ਨੂੰ 5 ਸਾਲਾਂ ਦਾ ਹੋ ਜਾਣੇ। ਅਤੇ ਇਸ ਹਿਸਾਬ ਨਾਲ ਇਸ ਘੋੜੇ ਦੇ ਬੱਚੇ ਵੀ ਕਾਫੀ ਆ ਗਏ ਹੋਣਗੇ? ਬਹੁਤ ਆ ਗਏ, ਪਰ ਆਪਣੇ ਕੋਲ ਘੋੜਾ ਹੋਣੀ ਆਇਆ, ਪਰ ਉੱਧਰ MP ਇੰਦੌਰ ਉੱਧਰ ਬਹੁਤ ਆਈ। ਬੱਚੇ ਸਪੋਟਲੈਸ ਆ ਰਹੇ ਆ? ਬਿਲਕੁਲ ਸਪੋਟਲੈਸ, ਅੱਖਾਂ ਦੇ ਬਲੈਕ। ਅੱਖਾਂ ਦੇ ਬਲੈਕ ਆ ਰਹੇ? ਅੱਖਾਂ ਦੇ ਬਲੈਕ, ਇੱਕ ਬੱਚਾ ਬਲੂ ਆਈਸ ਦਾ ਆ। ਠੀਕ ਹੈ। ਤੇ ਘੋੜੇ ਦੀਆਂ ਦੋਵੇਂ ਅੱਖਾਂ ਬਲੂ ਨੇ? ਨਾ, ਘੋੜੇ ਦੀਆਂ ਦੋਨੇ ਅੱਖਾਂ ਬਲੂ ਨੇ, ਇੱਕ ਥੋੜੀ ਜਿਹੀ ਘੱਟ ਬਲੂ ਆ। ਠੀਕ ਹੈ। ਤੇ ਘੋੜਾ ਤੁਹਾਡਾ ਬੜਾ ਹੀ ਚਰਚਿਤ ਘੋੜਾ ਹੈ, ਕਾਫੀ ਸ਼ੋਅ ਜਿੱਤ ਚੁੱਕਾ ਹੈ ਘੋੜਾ ਵੀਰੇ। ਬੋਰਨ ਚੈਂਪੀਅਨ ਆ, ਜਦੋਂ ਦਾ ਇਹ ਜੰਮਿਆ, ਜਦੋਂ ਦਾ ਸ਼ੋਆਂ 'ਚ ਪੈਣ ਲੱਗਾ ਉਦੋਂ ਦੇ ਜਿੱਤ ਦਾ ਹੁੰਦਾ ਘੋੜਾ। 9 ਵਾਰ ਚੈਂਪੀਅਨ ਬਣ ਚੁੱਕਿਆ, ਕਦੇ ਕਿਹੜੇ ਸਟੇਟ 'ਚ ਬਣਿਆ, ਕਦੇ ਕਿਹੜੀ ਸਟੇਟ 'ਚ ਬਣਿਆ, ਹੁਣ ਸੱਜਰਾ ਪੰਜਾਬ 'ਚੋਂ 2 ਥਾਈਂ ਜਿੱਤ ਗਿਆ। ਮਤਲਬ ਨੈਸ਼ਨਲੀ ਪੂਰੇ ਇੰਡੀਆ ਦੇ ਵਿੱਚ ਕਾਫੀ ਸ਼ੋਅ ਤੁਹਾਡਾ ਘੋੜਾ ਜਿਹੜਾ ਪਹਿਲਾਂ ਜਿੱਤ ਚੁੱਕਾ। ਹਾਂਜੀ ਹਾਂਜੀ। ਤੇ ਤੁਸੀਂ ਲਿਆਉਣ ਤੋਂ ਬਾਅਦ ਵੀ 2-3 ਸ਼ੋਅ ਇੱਥੇ ਤੁਹਾਡੇ ਕੋਲ ਵੀ ਇਹ ਘੋੜਾ ਜਿੱਤਿਆ? ਆਪਣੇ ਲਿਆਉਣ ਤੋਂ ਬਾਅਦ ਵੀ 2-3 ਸ਼ੋਅ। ਬਹੁਤ ਵਧੀਆ ਜੀ। ਤੇ ਹੁਣ ਇਸ ਘੋੜੇ ਦੀ ਬਰੀਡਿੰਗ ਫੀਸ ਕੀ ਰੱਖੀ ਹੈ ਜੀ? ਆਪਾਂ ਫੁੱਲ ਫੀਸ ਰੱਖੀ ਹੈ 50,000। ਠੀਕ ਹੈ ਜੀ। ਅਤੇ 1 ਜੰਪ 25,000। ਅੱਛਾ, ਜੇ ਤਾਂ ਦੋਸਤੋ ਵੀ ਅੱਲੇ ਘੋੜੀ ਤੁਸੀਂ 2 ਜਾਂ 3 ਜੰਪ ਲੈਣੇ ਹੈ ਤਾਂ 50,000 ਕਿ 2 ਜੰਪ ਦੇ 50,000?
ਬਹੁਤ ਵਧੀਆ। ਤੇ ਚਲੋ ਲੋਕਾਂ ਨੂੰ ਗੁਜ਼ਾਰਿਸ਼ ਕਰਦੇ ਆ ਵੀ ਤੁਹਾਡੇ ਫਾਰਮ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ, ਗੇੜਾ ਮਾਰਨ, ਘੋੜੇ ਦੇ ਦਰਸ਼ਨ ਕਰਨ। ਘੋੜਾ ਦਰਸ਼ਨੀ ਹੈ, ਘੋੜਾ ਦੇਖਣ ਵਾਲਾ ਹੈ। ਤੇ ਮਾਨ ਪਰਿਵਾਰ ਤਾਂ ਸਾਡਾ ਬਹੁਤ ਪੁਰਾਣਾ ਤੇ ਬਹੁਤ ਨਿੱਘੇ ਸੁਭਾਅ ਦੇ ਇਨਸਾਨ ਨੇ। ਤੇ ਤੁਹਾਨੂੰ ਮਿਲਣਾ ਆਉਣਾ ਜਿੰਨਾ ਚਿਰ ਤੁਸੀਂ ਆਉਂਦੇ ਨਹੀਂ, ਉਹਨਾਂ ਚਿਰ ਤੁਹਾਨੂੰ ਜਾਨਵਰ ਤੁਹਾਨੂੰ ਉਹਨਾਂ ਵੀਡੀਓ ਫੋਟੋ ਤੇ ਉਹਨਾਂ ਜਾਨਵਰ ਨਹੀਂ ਸਮਝ ਆ ਸਕਦਾ, ਜਿੰਨਾ ਚਿਰ ਆ ਕੇ ਵੀਡੀਓ ਫੋਟੋ ਨਾਲ ਦੁੱਗਣਾ ਜਾਨਵਰ ਵੇਖਣ ਨੂੰ ਮਿਲੇਗਾ ਤੁਹਾਨੂੰ। ਬਾਕੀ ਇਹਦਾ ਨਵੀਂ ਵੀਰੇ ਜਿਹੜਾ ਨਾਨਾ ਹੀ ਨਾ ਘੋੜੇ ਦਾ ਜੀ, ਉਹ ਵੀ ਅੱਜ ਤੱਕ ਸਰਕਾਰੀ ਸ਼ੋਅ ਜਿੰਨਾ ਚਿਰ ਲੱਗਦੇ ਰਹੇ ਆ, ਉਹਨੇ ਕੋਈ ਘੋੜਾ ਨਹੀਂ ਖੰਘਣ ਦਿੱਤਾ ਚੈਂਪੀਅਨ ਦਿਆ। ਇੱਕ ਟਾਈਮ ਇਹੋ ਜਿਹਾ ਸੀ ਇਹਦਾ ਨਾਨਾ ਵੀ ਫਸਟ ਸੀ ਤੇ ਇਹਦੀ ਮਾਂ ਵੀ ਫਸਟ ਸੀ। ਅੱਛਾ, ਕੀ ਬਾਤ ਹੈ! ਮਤਲਬ ਸਾਰੀ ਲਾਈਨ ਇਹਦੀ ਜਿਹੜੀ ਪਿੱਛੋਂ ਆ ਉਹ ਚੈਂਪੀਅਨ ਹੀ ਤੁਰੀ ਆਉਂਦੀ ਹੈ। ਚੈਂਪੀਅਨ ਤੇ ਲਾਰੇ ਦੀ ਮਾਂ ਸੀ ਜਿਹੜੀ, ਉਹਦੇ ਬਾਰੇ ਮੈਨੂੰ ਤੁਸੀਂ ਦੱਸਿਆ ਵੀ ਉਹ ਵੀ ਬਹੁਤ ਚੰਗੀ ਘੋੜੀ ਸੀ। ਸਾਡੇ ਫਿਰੋਜ਼ਪੁਰ ਵੇਖ ਕੇ ਆਈ ਸੀ ਤੇ ਆਪਣੇ ਕੋਲ ਘੋੜਾ ਨਾਗ ਹੁੰਦਾ ਸੀ, ਉਦੋਂ ਉਹ ਤੋਂ ਮਿਲ ਕੇ ਗਈ ਸੀ ਮੇਰੇ ਘਰੇ। ਦੋ ਦਿਨ ਘੋੜੀ ਰਹੀ ਉਹ ਤੇ ਨੁਕਰੀ ਘੋੜੀ ਸੀ, ਲਗਭਗ 64 ਇੰਚ ਦੇ ਉਹਦਾ ਹਾਈਟ ਸੀ ਤੇ ਬਹੁਤ ਲੰਬੀ ਲੰਜੀ ਤੇ ਬਹੁਤ ਸੋਹਣੀ ਘੋੜੀ ਸੀ। ਜਦੋਂ ਵੀਰੇ ਨਵੀਂ ਅਸੀਂ ਘੋੜਾ ਲਿਆ, ਸਾਨੂੰ ਉਦੋਂ ਇੰਨਾ ਖਾਨਦਾਨ ਬਾਰੇ ਵੀ ਇਹਦਾ ਨਹੀਂ ਸੀ ਪਤਾ ਸੀ। ਘੋੜਾ ਵੇਖਿਆ, ਬੋਡੀ ਸਟਰਕਚਰ ਵੇਖੀ ਤੇ ਮਾੜਾ ਮੋਟਾ ਜਿੰਨੀ ਕੁ ਜਾਣਕਾਰੀ ਸੀ ਉਸ ਹਿਸਾਬ ਦੇ ਨਾਲ ਅਸੀਂ ਘੋੜਾ ਲੈ ਲਿਆ। ਪਰ ਲੈਣ ਤੋਂ ਬਾਅਦ ਜਿਹੜਾ ਦੋਸਤਾਂ ਮਿੱਤਰਾਂ ਨੇ ਦੱਸਿਆ ਸਾਨੂੰ ਤੇ ਉਹਦੇ ਕਹਿਣ ਵਾਂਗੂ ਸਵਾਦ ਹੀ ਦੁੱਗਣਾ ਆ ਗਿਆ। ਨਹੀਂ ਨਹੀਂ ਘੋੜਾ ਵਾਕਈ ਬਹੁਤ ਚੰਗਾ ਯਾਦ, ਜਾਨਵਰ ਤੁਹਾਡੇ ਵੀ ਰੱਖੇ ਆ, ਮੇਰੇ ਵੀ ਰੱਖੇ ਆ, ਪਰ ਚੰਗੇ ਨੂੰ ਚੰਗਾ ਕਿਹਾ ਜਾਂਦਾ। ਜਾਨਵਰ ਸੋਹਣਾ, ਸੁਨੱਖਾ ਤੇ ਹਾਈਟ ਵਾਲਾ, ਬਹੁਤ ਘੱਟ ਜਾਨਵਰ ਮਾਰਕੀਟ ਦੇ ਵਿੱਚ ਨੇ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਸਾਰੀ ਖਾਨਦਾਨੀ ਇਹਦੀ ਜੀ ਚੰਗੀ ਆ ਸਾਰੀ, ਹਜੇ ਤੱਕ ਤਾਂ ਜਿੰਨੀ ਪਤਾ ਕੀਤੀ ਕਿਸੇ ਪਾਸੇ ਇਹਦੇ ਚੰਬਾਪਣ ਕੋਈ ਹੈ ਨਹੀਂ। ਬਿਲਕੁਲ, ਸਾਰੀਆਂ ਪੀੜ੍ਹੀਆਂ 'ਚ ਨੁਕਰਾ। ਹਾਂ ਬਿਲਕੁਲ, ਸਾਰੇ ਨੁਕਰਾ। ਚਲੋ ਠੀਕ ਆ ਮਾਲਾ ਸਾਹਿਬ, ਮਿਲਦੇ ਹਾਂ ਤੁਹਾਨੂੰ ਫਿਰ। ਓਕੇ ਓਕੇ ਜੀ, ਬਹੁਤ ਬਹੁਤ।